ਭਾਵੇਂ ਕਿ ਅਸੀਂ 21ਵੀਂ ਸਦੀ 'ਚ ਜੀ ਰਹੇ ਹਾਂ ਅਤੇ ਅੱਜ ਸਰਕਾਰਾਂ ਦਾਜ ਵਰਗੇ ਦਾਣੇ ਨੂੰ ਸਾਡੇ ਦੇਸ਼ 'ਚੋਂ ਕੱਢਣ ਦੀ ਕੋਸ਼ਿਸ਼ ਕਰ ਰਹੀਆਂ ਹਨ, ਪਰ ਕੁਝ ਲੋਭੀ ਲੋਕਾਂ ਵਿੱਚ ਇਹ ਹਜੇ ਵੀ ਜ਼ਿੰਦਾ ਹੈ। ਇਸ ਦਾ ਇੱਕ ਉਦਾਹਰਣ ਜਲੰਧਰ ਦੇ ਬੜਿੰਗ ਪਿੰਡ ਵਿੱਚ ਵੇਖਣ ਨੂੰ ਮਿਲਿਆ, ਜਿੱਥੇ ਕੰਚਨ ਨੇ ਆਪਣੇ ਪਤੀ, ਸੱਸ, ਸਹੁਰੇ ਤੇ 10 ਲੱਖ ਰੁਪਏ ਲੈਣ ਦੇ ਆਰੋਪ ਲਗਾਏ। ਆਓ ਜਾਣਦੇ ਹਾਂ ਕੀ ਹੈ ਪੂਰਾ ਮਾਮਲਾ। ਜਲੰਧਰ ਦੇ ਨਾਲ ਲੱਗਦੇ ਪਿੰਡ ਬੜਿੰਗ ਦੀ ਰਹਿਣ ਵਾਲੀ ਕੰਚਨ ਨੇ ਆਪਣੇ ਪਤੀ, ਸੱਸ ਤੇ ਸਹੁਰੇ ਤੇ ਦਾਜ ਵਜੋਂ 10 ਲੱਖ ਰੁਪਏ ਦੀ ਮੰਗ ਕਰਨ ਦੇ ਆਰੋਪ ਲਗਾਏ ਹਨ। ਉਸਨੇ ਦੱਸਿਆ ਕਿ 3 ਸਾਲ ਪਹਿਲੇ ਉਹਦਾ ਵਿਆਹ ਕਪੂਰਥਲੇ ਦੇ ਸੁਖਵੰਤ ਸਿੰਘ ਨਾਲ ਹੋਇਆ ਸੀ ਅਤੇ ਵਿਆਹ ਤੋਂ ਕੁਝ ਸਮੇਂ ਬਾਅਦ ਹੀ ਉਸਦਾ ਪਤੀ, ਸੱਸ ਤੇ ਸਹੁਰੇ ਨੇ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਕਹਿਣ ਲੱਗੇ ਕਿ 10 ਲੱਖ ਰੁਪਏ ਲਿਆ ਤਾਂ ਇੱਥੇ ਰਹਿਣ ਦਿੱਤਾ ਜਾਵੇਗਾ। ਇੰਨਾ ਹੀ ਨਹੀਂ, ਪੀੜਿਤ ਲੜਕੀ ਦੇ ਪਿਤਾ ਨੇ ਦੱਸਿਆ ਕਿ ਲੜਕੀ ਦੇ ਸਹੁਰੇ ਪਰਿਵਾਰ ਨੇ ਉਹਨਾਂ ਦੀ ਲੜਕੀ ਨੂੰ ਆਪਣੇ ਘਰ ਦੇ ਬਾਥਰੂਮ ਵਿੱਚ ਹੀ ਰਸੋਈ ਬਣਾ ਕੇ ਦਿੱਤੀ ਹੋਈ ਸੀ, ਜਿਸ ਵਿੱਚ ਉਹਨਾਂ ਦੀ ਲੜਕੀ ਜੋ ਖਾਣਾ ਬਣਾਉਂਦੀ ਸੀ ਉਸਨੂੰ ਆਪ ਹੀ ਖਾਣਾ ਪੈਂਦਾ ਸੀ। ਲੜਕੀ ਦੇ ਪਿਤਾ ਖੁਦ ਪੰਜਾਬ ਪੁਲਿਸ PAP ਡਿਪਾਰਟਮੈਂਟ ਵਿੱਚੋਂ ਰਿਟਾਇਰ ਹੋਏ ਹਨ। ਰਿਪੋਰਟਰ ਰਾਜੀਵ ਧਾਮੀ ਦੇ ਨਾਲ ਰਾਜਨ ਸੋਹਤਾ ਦੀ ਜਲੰਧਰ ਤੋਂ ਰਿਪੋਰਟ। ਕਿੱਥੇ ਰਹਿੰਦੇ ਹੋ? ਜਲੰਧਰ। ਕੀ ਗੱਲਬਾਤ ਹੋਈ ਤੁਹਾਡੇ ਨਾਲ? ਹਸਬੈਂਡ ਨਾਲ, ਸਹੁਰੇ ਪਰਿਵਾਰ ਨਾਲ ਹੀ ਆ, ਜਿੱਦਾਂ ਦਹੇਜ ਲਈ ਹੁਣ ਤੰਗ ਕਰ ਰਿਹਾ, ਟੋਰਚਰ ਕਰਦੇ ਮੈਂਟਲੀ ਵੀ ਹੁੰਦਾ ਹੈ। ਕੌਣ ਕੌਣ ਤੰਗ ਕਰ ਰਿਹਾ ਤੁਹਾਨੂੰ? ਸੱਸ ਸਹੁਰਾ ਆ, ਨਨਾਣਾ ਆ, ਸਾਰੇ ਹੀ ਆ, ਯਾਨੀ ਕਿ ਸਹੁਰਾ ਪਰਿਵਾਰ ਸਾਰਾ ਆ। ਕੀ ਕਰਦੇ, ਥਰੈਡ ਕਰਦੇ? ਹਾਂਜੀ। ਕੀ ਕਹਿੰਦੇ ਜੀ? ਡੋਰੀ ਪੈਸੇ ਮੰਗਦੇ ਪਏ, ਕਹਿੰਦੇ ਫਾਦਰ ਸਾਹਿਬ ਹੁਣ ਰਿਟਾਇਰ ਹੋਣ ਵਾਲੇ ਆ, ਹੋ ਗਏ ਆ, ਤਾਂ ਕਹਿੰਦੇ ਆ ਕਿ 10 ਲੱਖ ਰੁਪਇਆ ਦਿਓ ਤਾਂ ਫਿਰ ਘਰ 'ਚ ਆਉਣਾ, ਨਹੀਂ ਤਾਂ ਉੱਦਾਂ ਨਹੀਂ ਘਰ 'ਚ ਐਂਟਰੀ ਕੋਈ। ਕਿੰਨੇ ਸਾਲ ਹੋ ਗਏ ਵਿਆਹ ਨੂੰ? 3 ਸਾਲ ਹੋ ਗਏ। ਤੁਸੀਂ ਪੁੱਛਿਆ ਨਹੀਂ ਉਹਨਾਂ ਨੂੰ 3 ਸਾਲ ਤੋਂ ਬਾਅਦ ਤੁਹਾਨੂੰ ਯਾਦ ਆਇਆ? ਪਹਿਲਾਂ ਠੀਕ ਰਹੇ ਥੋੜ੍ਹਾ ਟਾਈਮ, 6 ਮਹੀਨੇ ਠੀਕ ਰਹੇ ਜੀ, ਹੁਣ ਉਸ ਤੋਂ ਬਾਅਦ ਫਿਰ ਟੋਰਚਰ ਕਰਨ ਲੱਗ ਗਏ ਆ। ਹੁਣ 1.5 ਸਾਲ ਦੀ ਬੇਟੀ ਆ, ਮੈਨੂੰ ਵੀ ਕੋਈ ਖਰਚਾ ਪਾਣੀ ਨਹੀਂ, ਕੁਛ ਨਹੀਂ। ਮੈਂ 3 ਮਹੀਨਿਆਂ ਤੋਂ ਹੁਣ ਇੱਥੇ ਆਪਣੇ ਪੇਰੈਂਟਸ ਕੋਲ ਹਾਂ, ਕਿਸੇ ਨੇ ਕੋਈ ਨਹੀਂ ਆ ਕੇ ਪੁੱਛਿਆ ਕਿ ਹਾਂ ਕਿੱਦਾਂ ਆ, ਕੋਈ ਲੈਣ ਨਹੀਂ ਆ ਰਿਹਾ। ਰਸੋਈ ਦਾ ਹੀ ਪਤਾ ਨਹੀਂ ਸੀ। ਅਤੇ ਅੱਜ ਤੁਸੀਂ ਕਮਿਸ਼ਨਰ ਆਫਿਸ ਆਏ ਆ ਅਤੇ ਆਪਣਾ ਕੀ ਦਰਖਾਸਤ ਦਿੱਤੀ ਤੁਸੀਂ? ਹਾਂਜੀ। ਕਿਹਨਾਂ ਦੇ ਖਿਲਾਫ ਦਿੱਤੀ ਤੀ ਦਰਖਾਸਤ? ਆਪਣੇ ਸਹੁਰੇ ਪਰਿਵਾਰ। ਕੀ ਨਾਮ ਕੀ ਉਹਨਾਂ ਦੇ? ਹਸਬੈਂਡ ਦਾ ਸੁਖਵੰਤ ਸਿੰਘ ਆ, ਸੱਸ ਦਾ ਗੁਰਮੀਤ ਕੌਰ ਆ, ਸਹੁਰੇ ਦਾ ਹੈਗਾ ਆ ਦੇਵਰਾਜ। ਠੀਕ ਹੈ। ਕਿੱਥੋਂ ਦੇ ਰਹਿਣ ਵਾਲੇ ਆ? ਉਹ ਕਪੂਰਥਲੇ, ਮੁਸ਼ਕਵੇਲ ਕਪੂਰਥਲੇ। ਅਤੇ ਇਸ ਤੋਂ ਪਹਿਲਾਂ ਵੀ ਕੋਈ ਤੁਸੀਂ ਉੱਥੇ ਦਰਖਾਸਤਾਂ ਦਿੱਤੀਆਂ ਥਾਣੇ 'ਚ? ਥਾਣੇ 'ਚ ਦਿੱਤੀਆਂ ਜੀ। ਤੁਹਾਡਾ? ਵਿਕਰਮ ਕੁਮਾਰ ਜੀ। ਕਿੱਥੇ ਰਹਿੰਦੇ ਹੋ? ਜਲੰਧਰ ਕੈਂਟੀ ਆ ਜੀ, ਬੜਿੰਗ ਪਿੰਡ। ਕੀ ਮਾਮਲਾ ਹੋਇਆ ਤੁਹਾਡੇ ਨਾਲ? ਮਾਮਲਾ, ਕੁੜੀ ਨੂੰ ਤੰਗ ਕਰਦੇ ਜੀ। ਕੌਣ? ਸਹੁਰੇ ਪਰਿਵਾਰ ਇਹਦੇ। ਕੀ ਕਹਿੰਦੇ ਆ? ਦੇਜ ਤਾਂ ਦਿੱਤਾ ਆ ਬਹੁਤ ਕੁਛ, ਪਰ ਫਿਰ ਮੰਗ ਰਹੇ ਪੈਸੇ, ਨਗਦ ਮੰਗਦੇ ਆ। 10 ਲੱਖ ਰੁਪਈਆ ਮੰਗ ਰਹੇ ਜੀ। ਮੈਂ 10 ਲੱਖ ਰੁਪਈਆ ਕਿੱਧਰੋਂ ਲਿਆ ਕੇ ਦੇਵਾਂ ਇਹਨਾਂ ਨੂੰ? ਕਿੰਨੇ ਮਹੀਨੇ ਤੋਂ ਤੁਹਾਡੇ ਘਰ ਬੈਠੀ ਕੁੜੀ? ਇਹ 3 ਮਹੀਨੇ ਤੋਂ ਮੇਰੇ ਘਰ ਬੈਠੀ ਜੀ। ਅੱਗੇ ਵੀ ਮੇਰੇ ਘਰ ਹੀ, ਕੁੜੀ ਵੀ ਇਹਦੀ ਮੇਰੇ ਘਰ ਹੀ ਹੋਈ ਹੈ, 6ਲਾ ਵੀ ਇੱਥੇ ਹੀ ਕੀਤਾ, ਸਾਰਾ ਘਰ ਦਾ ਖਰਚ ਮੈਂ ਹੀ ਚਲਾ ਰਿਹਾ ਇਹਨਾਂ। ਅਤੇ ਹੁਣ ਅੱਜ ਤੁਸੀਂ ਕਮਿਸ਼ਨਰ ਆਫਿਸ ਆਏ ਹਾਂ? ਹਾਂਜੀ, ਅੱਜ ਕਮਿਸ਼ਨਰ ਆਫਿਸ ਆਏ ਹਾਂ, ਇੱਥੇ ਇਹਨਾਂ ਦੇ ਖਿਲਾਫ਼ ਐਪਲੀਕੇਸ਼ਨ ਦਿੱਤੀ ਹੈ। ਕੁੜੀ ਨੂੰ ਮੇਰੀ ਨੂੰ ਬਾਥਰੂਮ ਦੇ ਵਿੱਚ ਇਹਨਾਂ ਨੇ ਰਸੋਈ ਬਣਾ ਕੇ ਦਿੱਤੀ ਹੋਈ ਹੈ, ਬਾਥਰੂਮ ਦੇ ਵਿੱਚ ਟੇਬਲ ਲਾਇਆ, ਬਾਥਰੂਮ ਦੇ ਵਿੱਚ ਰੋਟੀ ਪਾਣੀ ਬਣਾਉਂਦੀ ਆਪਣੀ, ਇਹੀ ਇਕੱਲੀ ਖਾਂਦੀ ਹੈ ਉਹ ਰੋਟੀ।